ਮੁਰੀਦ ਹਰ ਕੋਈ ਬਣ ਜਾਂਦਾ ਆਪਣੇ, ਪਰ ਪੀਰ ਦਾ ਆਸ਼ਕ ਕੋਈ ਕੋਈ ਹੁੰਦਾ। ਜਿਹੜੇ ਆਸ਼ਕ ਬੈਠੇ ਨੇ ਜਿਹੜਾ ਹੱਥ ਖੜੇ ਕਰਿਓ, ਜਿਹੜੇ ਸਰਕਾਰ ਨੂੰ ਮੁਹੱਬਤ ਕਰਦੇ ਨੇ। ਔਰ ਉਹ ਵਿਰਲੇ ਵਿਰਲੇ ਹੁੰਦੇ ਨੇ ਜਿਹੜਾ ਆਪਣਾ ਤਨ ਮਨ ਆਪਣੇ ਮੁਰਸ਼ਦ ਦੇ ਲੇਖੇ ਲਾ ਦਿੰਦੇ ਨੇ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ ਤਾਂ ਨਾ ਖਾਕ ਮੀ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ। ਆਪਣੇ ਆਪ ਨੂੰ ਮਿਟਾਉਣਾ ਪੈਂਦਾ ਹੈ। ਔਰ ਹਜ਼ਰਤ ਮੀਰਾ ਗੌਸ ਪਾਕ ਸਰਕਾਰ ਦੇ ਮੁਰੀਦ ਹੋਏ ਨੇ ਹਜ਼ਰਤ ਯੂਸਫ ਮਿਸਰੀ। ਗੱਲ ਸੁਣਨ ਵਾਲੀ ਹੈ ਜਰਾ, ਮੈਂ ਗੁਜ਼ਾਰਿਸ਼ ਕਰਾਂਗਾ ਜਿੰਨੇ ਵੀ ਸੇਵਾਦਾਰ ਮੇਰੇ ਵੀਰ ਚਾਹ ਵਰਤਾ ਰਹੇ ਨੇ ਜਾਂ ਪਾਣੀ ਵਰਤਾ ਰਹੇ ਨੇ, ਇਹਨਾਂ ਨੂੰ ਗੁਜ਼ਾਰਿਸ਼ ਹੈ ਤੁਸੀਂ ਵਰਤਾਓ, ਪਰ ਆਡੀਅੰਸ ਨੂੰ ਖਾਸ ਕਰਕੇ ਕਿ ਬੜੇ ਡਿਸਿਪਲਿਨ ਦੇ ਨਾਲ ਸਾਰਿਆਂ ਨੇ ਬੜੇ ਆਨੰਦ ਦੇ ਨਾਲ ਤੁਸੀਂ ਮਹਿਫਲ ਦਾ ਆਨੰਦ ਮਾਣਨਾ। ਮੈਂ ਸਿਰਫ ਤੁਹਾਡੀ ਤਵੱਜੋ ਚਾਹੀਦੀ ਹੈ ਮੈਨੂੰ, ਗੱਲ ਵੀ ਤਦੀ ਪੱਲੇ ਪੈਂਦੀ ਹੁੰਦੀ ਹੈ। ਪੀਰ ਦਾ ਮੁਰੀਦ ਹਰ ਕੋਈ ਬਣ ਜਾਂਦਾ ਹੈ। ਇੱਕ ਮੀਰਾ ਗੌਸ ਪਾਕ ਸਰਕਾਰ ਦੇ ਆਸ਼ਕ ਹੋਏ ਨੇ ਜਿਨ੍ਹਾਂ ਦਾ ਨਾਮ ਹਜ਼ਰਤ ਯੂਸਫ ਮਿਸਰੀ। ਜਦੋਂ ਵੀ ਗਿਆਰਵੀਂ ਸ਼ਰੀਫ ਹੋਣੀ ਆਪਣੇ ਪੀਰ ਦੇ ਨਾਂ ਦਾ ਸਾਕਾ ਲੁਟਾਉਣਾ, ਕਦੇ ਵੇਲੇ ਨੂੰ ਖੁੰਝਾਇਆ ਹੀ ਨਹੀਂ। ਗਿਆਰਵੀਂ ਸ਼ਰੀਫ ਦਾ ਖਤਮ ਕਵਾਲਾਂ ਤੇ ਸਦਕਾ ਵੀ ਲਟਾਉਂਦੇ ਸੀ ਔਰ ਲੋਕਾਂ ਦੇ ਵਿੱਚ ਲੰਗਰ ਵੀ ਤਕਸੀਮ ਕਰਦੇ ਸੀ, ਕਦੇ ਵੇਲੇ ਨੂੰ ਖੁੰਝਾਇਆ ਨਹੀਂ। ਬਿਮਾਰ ਰਹਿਣਾ ਸ਼ੁਰੂ ਹੋ ਗਏ, ਬੜੇ ਹਕੀਮਾਂ ਕੋਲ ਬੜੇ ਵੈਦਾਂ ਦੇ ਕੋਲ ਜਾ ਕੇ ਵੇਖਿਆ ਕਿਤੋਂ ਮਰਜ਼ ਦਾ ਇਲਾਜ ਨਾ ਹੋਇਆ। ਅੱਗੋਂ ਯੂਸਫ ਮਿਸਰੀ ਦੀ ਪਤਨੀ ਨੂੰ ਹਕੀਮ ਸਾਹਿਬ ਨੇ ਫਰਮਾਇਆ ਕਿ ਹੁਣ ਤੁਸੀਂ ਇਹਨਾਂ ਨੂੰ ਘਰ ਲੈ ਜਾਵੋ, ਇਹ ਚੰਦ ਦਿਨਾਂ ਦੇ ਮਹਿਮਾਨ ਨੇ। ਜਦੋਂ ਆਖਿਆ ਚੰਦ ਦਿਨਾਂ ਦੇ ਮਹਿਮਾਨ ਨੇ, ਚਿਹਰੇ ਤੋਂ ਰੌਣਕ ਉੱਡ ਗਈ, ਉਦਾਸੀ ਛਾ ਗਈ ਘਰ ਦੇ ਵਿੱਚ। ਕੁਛ ਦਿਨ ਗੱਲ ਆਪਣੇ ਦਿਲ ਦੇ ਵਿੱਚ ਰੱਖੀ। ਯੂਸਫ ਮਿਸਰੀ ਆਪਣੇ ਘਰ ਵੱਲ ਵੀ ਵੇਖ ਰਹੇ ਨੇ, ਆਪਣੀ ਘਰਵਾਲੀ ਦੇ ਚਿਹਰੇ ਵੱਲ ਵੀ ਵੇਖਦੇ ਨੇ। ਘਰਵਾਲਾ ਭਾਵੇਂ ਜਿੰਨਾ ਮਰਜ਼ੀ ਲੜਦਾ ਹੋਵੇ ਹਾਂਜੀ, ਪਰ ਆਪਣੀ ਘਰਵਾਲੀ ਦੇ ਚਿਹਰੇ ਨੂੰ ਵੇਖ ਕੇ ਨਾ ਜੱਜਮੈਂਟ ਕਰ ਲੈਂਦਾ ਵੀ ਸ਼ਾਇਦ ਕੋਈ ਪਰੇਸ਼ਾਨੀ ਹੈ, ਕੋਈ ਦੁੱਖ ਹੈ। ਸੱਚ ਹੈ ਨਾ ਜੀ, ਲੜਾਈ ਝਗੜੇ ਹਰ ਇੱਕ ਦੇ ਘਰ 'ਚ ਹੁੰਦੇ ਨੇ, ਪਰ ਜਿਹੜਾ ਸੱਚਾ ਜੀਵਨ ਸਾਥੀ ਹੁੰਦਾ ਉਹ ਪਹਿਚਾਣ ਲੈਂਦਾ ਦੁੱਖ ਸੁੱਖ ਦਾ ਜਿਹੜਾ ਸਾਂਝਾ ਹੁੰਦਾ। ਯੂਸਫ ਮਿਸਰੀ ਨੇ ਆਪਣੀ ਘਰਵਾਲੀ ਦੇ ਚਿਹਰੇ ਵੱਲ ਵੇਖਿਆ, ਫਰਮਾਇਆ ਬੇਗਮ ਕੀ ਗੱਲ, ਅੱਗੇ ਵਾਲੀ ਰੌਣਕ ਨਹੀਂ ਰਹੀ ਚਿਹਰੇ ਤੇ, ਉਦਾਸ ਕਿਉਂ ਹੈ? ਕਹਿੰਦੀ ਹਜ਼ੂਰ ਕੀ ਗੱਲ ਦੱਸਾਂ, ਮੈਂ ਇਹ ਸੋਚ ਰਹੀ ਹਾਂ ਤੁਹਾਡੇ ਬਾਅਦ ਦੇ ਵਿੱਚ ਮੇਰਾ ਕੀ ਹੋਣਾ। ਉਹ ਵੀ ਜਾਣੀ ਜਾਣ ਸੀ ਯੂਸਫ ਮਿਸਰੀ। ਫਰਮਾਉਂਦੇ ਬੇਗਮ ਘਬਰਾਉਣਾ ਨਹੀਂ, ਡੋਲਣਾ ਨਹੀਂ, ਜੇ ਮੈਂ ਦੁਨੀਆ ਫਾਨੀ ਤੋਂ ਚਲਾ ਗਿਆ, ਰੁਖਸਤ ਹੋ ਗਿਆ, ਅਲਵਿਦਾ ਆ ਗਿਆ, ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਣੀ ਚਾਹੀਦੀ। ਆਪਣੇ ਬੱਚਿਆਂ ਨੂੰ ਕੋਲ ਬੁਲਾ ਲਿਆ, ਵਸੀਅਤ ਕੀਤੀ ਜੇ ਮੈਂ ਇਸ ਦੁਨੀਆਂ ਤੋਂ ਚਲਾ ਜਾਵਾਂ, ਗਿਆਰਵੀਂ ਸ਼ਰੀਫ ਦਾ ਖਤਮ ਕਰਾਉਣਾ ਨਹੀਂ ਭੁੱਲਣਾ, ਕਵਾਲੀ ਕਰਾਉਣਾ ਨਹੀਂ ਭੁੱਲਣਾ, ਕਵਾਲਾਂ ਤੇ ਸਦਕਾ ਲੁਟਾਉਣਾ ਨਹੀਂ ਭੁੱਲਣਾ, ਔਰ ਲੋਕਾਂ ਦੇ ਵਿੱਚ ਲੰਗਰ ਤਕਸੀਮ ਕਰਨਾ ਨਹੀਂ ਭੁੱਲਣਾ। ਹਜ਼ੂਰ ਉਹ ਵੇਲਾ ਆ ਗਿਆ, ਇਸ ਦੁਨੀਆਂ ਫਾਨੀ ਤੋਂ ਰੁਖਸਤ ਹੋਣ ਦਾ ਟਾਈਮ, ਅਲਵਿਦਾ ਆਖਣ ਦਾ ਟਾਈਮ, ਜਿਸ ਦਿਨ ਸਰੀਰ ਨੂੰ ਛੱਡਣਾ ਸੀ, ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖਣਾ ਸੀ, ਉਸ ਦਿਨ ਗਿਆਰਵੀਂ ਸ਼ਰੀਫ, ਗਿਆਰਵੀਂ ਵਾਲੇ ਦਿਨ ਯੂਸਫ ਮਿਸਰੀ ਦਾ ਇੰਤਕਾਲ ਹੋ ਗਿਆ। ਅੰਦਰ ਜਨਾਜ਼ਾ ਪਿਆ, ਮਈਅਤ ਪਈ ਆ, ਰਿਸ਼ਤੇਦਾਰ ਭੈਣ ਭਰਾ ਸਾਰੇ ਇਕੱਠੇ ਬੈਠੇ ਨੇ ਤੇ ਬਾਹਰ ਮਹਿਫਲ ਸਜੀ ਹੋਈ ਹੈ ਸਰਕਾਰ ਦੀ। ਫਕੀਰੀ ਦਾ ਇਮਤਿਹਾਨ ਆ ਗਿਆ, ਬਾਹਰ ਮਹਿਫਲ ਸਜੀ ਹੋਈ ਹੈ ਔਰ ਲੋਕਾਂ ਦੇ ਵਿੱਚ ਲੰਗਰ ਤਕਸੀਮ ਕੀਤਾ ਜਾ ਰਿਹਾ। ਦਰਵਾਜ਼ੇ ਦੇ ਅੱਗੇ ਇੱਕ ਫਕੀਰ ਆ ਗਿਆ, ਨਿਗਾਹ ਚਲੀ ਗਈ ਯੂਸਫ ਮਿਸਰੀ ਦੇ ਲੜਕੇ ਦੀ। ਜਦੋਂ ਕੋਲ ਗਿਆ, ਫਰਮਾਇਆ ਹਜ਼ੂਰ ਤੁਸੀਂ ਵੀ ਲੰਗਰ ਤਨਾਵਲ ਕਰ ਲਓ।
ਅਗੋ ਫਕੀਰ ਫਰਮਾਉਂਦਾ ਕਹਿੰਦਾ ਨਹੀਂ ਬੱਚਿਆ ਇਹ ਲੰਗਰ ਮੈਂ ਯੂਸਫ ਮਿਸਰੀ ਦੇ ਨਾਲ ਖਾਵਾਂਗਾ। ਜਦੋਂ ਆਖਿਆ ਇਹ ਲੰਗਰ ਮੈਂ ਯੂਸਫ ਮਿਸਰੀ ਦੇ ਨਾਲ ਖਾਵਾਂਗਾ, ਬੱਚਾ ਸੋਚੀ ਪੈ ਗਿਆ ਕਿ ਹੁਣ ਮੈਂ ਕੀ ਜਵਾਬ ਦੇਵਾਂ, ਹੱਥ ਬੰਨ ਕੇ ਖੜ ਗਿਆ। ਕਹਿੰਦੇ ਸਰਕਾਰ ਗੱਲ ਏਦਾਂ, ਸਾਡੇ ਅੱਬੂ ਜਾਨ ਇਸ ਦੁਨੀਆਂ ਫਾਨੀ ਤੋਂ ਰੁਖਸਤ ਹੋ ਗਏ, ਪਰ ਸਾਨੂੰ ਜਾਂਦੇ ਜਾਂਦੇ ਵਸੀਅਤ ਕਰਕੇ ਗਏ ਸੀ ਕਿ ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਣੀ ਚਾਹੀਦੀ, ਪਰ ਤੁਸੀਂ ਜਿੱਦ ਕਰ ਲਈ ਹੈ। ਹਜ਼ੂਰ ਅੰਦਰ ਜਨਾਜ਼ਾ ਪਿਆ, ਤੁਸੀਂ ਆਪਣੀ ਅੱਖੀ ਵੇਖ ਲਓ ਜਾ ਕੇ। ਜਦੋਂ ਇੰਨੀ ਗੱਲ ਆਖੀ, ਬੱਚਾ ਅੱਗੇ ਅੱਗੇ ਤੇ ਫਕੀਰ ਪਿੱਛੇ ਕੋਲ ਗਏ। ਜਨਾਜ਼ੇ ਦੇ ਉੱਤੋਂ ਕਫਨ ਉਠਾ ਕੇ ਕੰਧ ਵਿੱਚ ਆਵਾਜ਼ ਦਿੱਤੀ, ਉੱਠ ਯੂਸਫ ਮਿਸਰੀ। ਉਹ ਸੱਜਣਾ ਸਾਨੂੰ ਘਰ ਬੁਲਾ ਕੇ, ਆਪ ਸੁੱਤਾ ਪਿਆ, ਇੰਨੀ ਗੱਲ ਆਖਣ ਦੀ ਦੇਰ ਸੀ। ਹਜ਼ੂਰ ਉਹ ਜਿਹੜਾ ਸ਼ਖਸ ਸੀ ਉੱਠ ਕੇ ਖੜਾ ਹੋ ਗਿਆ, ਯੂਸਫ ਮਿਸਰੀ ਉੱਠ ਕੇ ਬੈਠ ਗਏ। ਉਹ ਹੈਰਾਨ ਪਰੇਸ਼ਾਨ ਰਿਸ਼ਤੇਦਾਰ ਭੈਣ ਭਰਾ ਔਰ ਯੂਸਫ ਮਿਸਰੀ ਸਵਾਲ ਕਰਦੇ ਨੇ, ਸਰਕਾਰ ਤੁਸੀਂ ਕੌਣ ਹੋ? ਅੱਗੋਂ ਫਕੀਰ ਜਵਾਬ ਦੇ ਰਿਹਾ, ਕਹਿੰਦਾ ਸੱਜਣਾ ਤੈਨੂੰ ਸਾਡਾ ਫਿਕਰ ਹੈ, ਸਾਨੂੰ ਤੇਰਾ ਫਿਕਰ ਨਹੀਂ ਹੋ ਸਕਦਾ। ਉਹ ਜਿਹਦੇ ਨਾਂ ਦਾ ਸਦਕਾ ਲੁਟਾਉਂਦਾ ਹੈ, ਜਿਹਦੇ ਨਾਂ ਦਾ ਗਿਆਰਵੀਂ ਸ਼ਰੀਫ ਦਾ ਖਤਮ ਦਵਾਉਂਦਾ ਹੈ, ਉਹ ਬਗਦਾਦ ਦਾ ਮੀਰਾ ਗੌਸ ਮੈਂ ਹੀ ਹਾਂ। ਜਦੋਂ ਆਖਿਆ ਬਗਦਾਦ ਦਾ ਮੀਰਾ ਗੌਸ ਮੈਂ ਹੀ ਹਾਂ, ਖੁਸ਼ੀ ਦੇ ਨਾਲ ਫੁੱਲੇ ਨਾ ਸਮਾਏ, ਕਫਨ ਮਾਰਿਆ ਸਾਈਡ ਤੇ ਕਰਕੇ ਗਲੀ ਦੇ ਵਿੱਚ ਹੋਕੇ ਦਿੰਦੇ ਫਿਰਦੇ ਨੇ, ਕੀ ਕਹਿ ਰਹੇ ਜਰਾ ਗੌਰ ਫਰਮਾਇਓ। ਅਸੀਂ ਪੀਰਾਂ ਦੇ ਪੀਰ ਨੂੰ ਮੰਨਦੇ ਹਾਂ, ਸਾਡਾ ਪੀਰ ਹੈ ਪੀਰਾਂ ਦਾ ਪੀਰ ਯਾਰੋ। ਅਸੀਂ ਪੀਰਾਂ ਦੇ ਪੀਰ ਨੂੰ ਮੰਨਦੇ, ਸਾਡਾ ਪੀਰ ਹੈ ਪੀਰਾਂ ਦਾ ਪੀਰ ਯਾਰੋ। ਜਿਹਨੂੰ ਕਾਮਲ ਮੁਰਸ਼ਦ ਮਿਲ ਜਾਂਦਾ ਨਾ, ਉਹ ਫਿਰ ਗਲੀ ਗਲੀ ਹੋ ਕੇ ਦਿੰਦਾ ਫਿਰਦਾ, ਗੁਰੂ ਲਾ ਦੇ ਗੁਰੂ ਲਾ ਦੇਵੇ। ਜਿਹਨੂੰ ਮੁਰਸ਼ਦ ਮਿਲ ਜਾਂਦਾ ਕਾਮਲ। ਅਸੀਂ ਪੀਰਾਂ ਦੇ ਪੀਰ ਨੂੰ ਮੰਨਦੇ ਹਾਂ, ਸਾਡਾ ਪੀਰ ਹੈ ਪੀਰਾਂ ਦਾ ਪੀਰ ਯਾਰੋ। ਜਿੱਧਰ ਦਿਲ ਕਰੇ ਉਧਰ ਮਾਰ ਦਿੰਦਾ, ਇਹਦੇ ਹੱਥ ਤਕਦੀਰ ਦਾ ਤੀਰ ਯਾਰੋ। ਗੌਸ ਪਾਕ ਦੀਆਂ ਸ਼ਾਨਾਂ ਤੇ ਅਜ਼ਮਤਾਂ ਦਾ, ਗੌਸ ਪਾਕ ਦੀਆਂ ਸ਼ਾਨਾਂ ਤੇ ਅਜ਼ਮਤਾਂ ਦਾ ਦੋ ਜੱਗ ਪਿਆ ਇਤਰਾਫ ਕਰਦਾ। ਗੌਸ ਪਾਕ ਦੀਆਂ ਸ਼ਾਨਾਂ ਤੇ ਅਜ਼ਮਤਾਂ ਦਾ ਦੋ ਜੱਗ ਪਿਆ ਸਰਕਾਰ ਦਾ ਹੈ। ਜੋ ਗੁਸਤਾਖ ਬੇਅਦਬ ਸਰਕਾਰ ਦਾ ਹੈ, ਉਹਨੂੰ ਰੱਬ ਵੀ ਕਦੇ ਨਹੀਂ ਮਾਫ ਕਰਦਾ। ਬਿਰਦ ਗੌਸ ਦਾ ਕਸਮ ਰੱਬ ਦੀ, ਸੀਨੇ ਗੰਦੇ ਪਿਆ ਸਾਫ ਸ਼ਫਾ ਕਰਦਾ। ਲੋਕੀ ਕਾਬੇ ਦਾ ਕਰਦੇ ਤਵਾਫ ਹਾਫਿਜ਼, ਕਾਬਾ ਗੌਸ ਦੇ ਦਰ ਦਾ ਤਵਾਫ ਕਰਦਾ। ਬਗਦਾਦ ਦੇ ਵਾਲੀ ਦਾ ਸਾਨੀ ਏ ਰਾਜ ਵਾਲੀ ਦਾ।
ਪਿਆਰੀ ਸਾਧ ਸੰਗਤ ਜਿੰਨੀ ਵੀ ਸੰਗਤ ਬੈਠੀ ਹੈ ਇਹ ਫਿਰਦ ਮੇਰੇ ਨਾਲ ਬੋਲਣਾ ਸਾਰਿਆਂ ਨੇ ਜਿਹੜੇ ਜਿਹੜੇ ਗੌਂਸ ਪਾਕ ਸਰਕਾਰ ਨੂੰ ਮੁਹੱਬਤ ਕਰਦੇ ਨੇ ਮੇਰੇ ਨਾਲ ਨਾਲ ਬੋਲਣਾ ਸਾਰਿਆਂ ਨੇ ਅਲਮਤ ਦਿਆ ਗੌਸਲਿਆ ਦਮ ਅਲਮਤ ਦਿਆ ਦਸਤਗੀਰ 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 ਅਲਮਤ ਦਿਆ ਅਲਮਤ ਦਿਆ ਦਸਤਗੀਰ 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 ਮੁਸ਼ਕਿਲ ਹੱਲ ਜ਼ਮਾਨੇ ਦੀ ਹੁੰਦੀ ਮੁਸ਼ਕਿਲ ਹੱਲ ਜ਼ਮਾਨੇ ਦੀ ਸਖੀ ਗੌਸਲੇ ਆਜ਼ਮ ਦੇ